ਅੱਜ ਆਪਾਂ ਰੁਕੇ ਹਾਂ ਜੀ ਨਵਾਡਾ ਦੇ ਵਿੱਚ। ਪੂਰਾ ਡੈਜ਼ਰਟ ਏਰੀਆ ਹੈ ਔਰ ਸ਼ਾਮ ਦਾ ਟਾਈਮ ਹੈ। ਇੱਕ ਰੈਸਟ ਏਰੀਆ ਦੇ ਵਿੱਚ ਰੁਕੇ ਹਾਂ, ਬਟ ਬਹੁਤ ਹੀ ਵਧੀਆ ਵਿਊ। ਸੋ ਮੇਰਾ ਮਨ ਕੀਤਾ ਕਿ ਛੋਟਾ ਜਿਹਾ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤਾ ਜਾਏ। ਇਹ I-80 ਹੈਗਾ, ਇੰਟਰਸਟੇਟ 80। ਆਪਾਂ ਜਾ ਰਹੇ ਹਾਂ ਈਸਟ ਵੱਲ ਨੂੰ। ਸ਼ਾਮ ਦਾ ਟਾਈਮ, ਅੱਜ ਪੂਰਾ ਦਿਨ ਗਰਮੀ ਕਾਫੀ ਸੀ, ਸੋ ਅਜੇ ਵੀ ਹਲਕੀ ਜਿਹੀ ਹੀਟ ਵੇਵ ਹੈਗੀ ਹੈ, ਬਟ ਸ਼ਾਮ ਦਾ ਜਿਹੜਾ ਸੀਨ ਹੈ ਉਹ ਬਹੁਤ ਸ਼ਾਨਦਾਰ। ਕੈਨੇਡਾ 'ਚ ਮੇਰੀ ਫਸਟ ਕੰਪਨੀ ਦਾ ਟਰੱਕ ਖੜਾ ਹੈ, ਇਹ ਕੁਦਰਤੀ 105 ਇਹ ਵੀ ਮੈਂ ਚਲਾਇਆ ਕਿਸੇ ਟਾਈਮ, ਮੇਰੀ ਫਸਟ ਕੰਪਨੀ ਸੀ ਔਰ ਕੈਨੇਡਾ 'ਚ। ਹੁਣ ਜਿਹੜੀ ਆਪਾਂ ਕੰਪਨੀ 'ਚ ਗੇਟ ਦੇ ਵਿੱਚ ਸਨਸੈਟ ਦਾ ਨਜ਼ਾਰਾ ਦੇਖਣਾ ਵੱਖਰਾ ਹੀ ਹੁੰਦਾ। ਇਹ ਮੇਰੀ ਫਸਟ ਕੰਪਨੀ ਟਰੱਕ ਵੀ ਖੜਾ ਤਿਆ ਜੀ। ਬਹੁਤ ਸੋਹਣਾ ਸਨਸੈਟ, ਬਹੁਤ ਵਾਸਟ ਫੀਲਡਸ ਨੇ ਔਰ ਡੈਜ਼ਰਟ ਏਰੀਆ ਹੋਣ ਕਰਕੇ ਕਾਫੀ ਦੂਰ ਤੱਕ ਨਿਗਾਹ ਜਾਂਦੀ ਹੈ। ਰਾਤ ਨੂੰ ਨਜ਼ਾਰਾ ਹੋਰ ਸੋਹਣਾ ਹੋ ਜਾਂਦਾ ਜਦੋਂ ਟਰੱਕ ਇੱਦਾਂ ਦੋਨੋਂ ਦੇਖਦੇ ਹਾਂ ਜੰਗਲ ਦੇ। ਲੇਕਿਨ ਇਨਫਰਾਸਟ੍ਰਕਚਰ ਜਿਹੜਾ ਹੈ ਗਵਰਨਮੈਂਟ ਨੇ ਸਾਰੇ ਕਿਤੇ ਸੈਟਅਪ ਕੀਤਾ ਹੈ, ਪੂਰੇ ਹਾਈਵੇ ਦੇ ਰੈਸਟ ਏਰੀਆ ਵਗੈਰਾ ਬਣਾ ਕੇ ਡਰਾਈਵਰਾਂ ਦੀ ਪੂਰੀ ਸਹੂਲਤ ਦਾ ਖਿਆਲ ਰੱਖਿਆ। ਔਰ ਹਜ਼ਾਰਾਂ ਕਿਲੋਮੀਟਰ ਜਿਹੜਾ ਰੋਡ ਹੈ ਦੋਨੋਂ ਤਰਫੋਂ ਫੈਂਸਡ ਹੈ, ਤਾਂ ਕਿ ਕੋਈ ਛੋਟਾ ਮੋਟਾ ਜੋ ਪਸ਼ੂ ਹੈ ਉੱਧਰ ਨਾ ਆਵੇ, ਬਟ ਫਿਰ ਵੀ ਮਾੜਾ ਮੋਟਾ ਕੋਈ ਨਾ ਕੋਈ ਇੰਸੀਡੈਂਟ ਹੁੰਦਾ ਰਹਿੰਦਾ। ਬਟ ਸ਼ਾਮ ਦਾ ਜਿਹੜਾ ਸੀਨ ਹੈ ਉਹ ਦੇਖਣ ਲਾਇਕ ਹੁੰਦਾ ਹਮੇਸ਼ਾ।